ना 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 लॉक नहीं लगा खोलो 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 कोई नहीं अंदर कोई नहीं अंदर खोलो ਕਿਰਪਾਨਾਂ ਦੇ ਨਾਲ ਲੈਸ ਹੋ ਕੇ ਗੱਡੀ ਖੋਣ ਦੀਆਂ ਇਹ ਤਸਵੀਰਾਂ ਤਰਨ ਤਾਰਨ ਦੀਆਂ ਨੇ ਜਿੱਥੇ ਕਿ ਪੈਸਿਆਂ ਨੂੰ ਲੈਣ ਦੇਣ ਨੂੰ ਲੈ ਕੇ ਇਹ ਵਿਵਾਦ ਸਾਰਾ ਹੋਇਆ ਸੀ ਪਰ ਜਿਸ ਦੀ ਹੁਣ ਇਹ ਪੁਰਾਣੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਇਹ ਘਟਨਾ ਪੂਰੀ ਕੈਮਰੇ ਦੇ ਵਿੱਚ ਕੈਦ ਹੋਈ ਆ ਗੱਡੀ ਦੇ ਅੰਦਰ ਇੱਕ ਕੈਮਰਾ ਲੱਗਿਆ ਹੋਇਆ ਸੀ ਤੇ ਉਹ ਪੂਰੀ ਘਟਨਾ ਉਸ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਆ ਉਹ ਸੀਸੀਟੀਵੀ ਤੁਹਾਨੂੰ ਪੂਰੀ ਦਿਖਾ ਰਿਹਾ ਜਿੱਥੇ ਕਿ ਦੋ ਧਿਰਾਂ ਦੇ ਵਿਚਕਾਰ ਇਹ ਟਕਰਾਅ ਹੋਇਆ ਸੀ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਪੈਸਿਆਂ ਨੂੰ ਲੈਣ ਦੇਣ ਨੂੰ ਲੈ ਕੇ ਇਹ ਮਾਮਲਾ ਜਿੱਥੇ ਕਿ ਸਤਨਾਮ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਮਾਫ ਕਰਨਾ ਉਸ ਵਿਅਕਤੀ ਦੀ ਗੱਡੀ ਘੇਰ ਕੇ ਖੋਹੀ ਗਈ ਤੁਹਾਨੂੰ ਫਿਰ ਦੱਸ ਦਿੰਦੇ ਹਾਂ ਸਤਨਾਮ ਸਿੰਘ ਨਾਮ ਦਾ ਵਿਅਕਤੀ ਸੀ ਜਿਸ ਦੀ ਗੱਡੀ ਉਸਨੂੰ ਘੇਰ ਕੇ ਉਸ ਤੋਂ ਖੋਹੀ ਗਈ ਦੇਖ ਸਕਦੇ ਹੋ ਕਿ ਦੂਜੀ ਧਿਰ ਜਿਹੜੀ ਹੈਗੀ ਹੈ ਲਵਪ੍ਰੀਤ ਸਿੰਘ ਅਤੇ ਉਸਦੇ ਸਾਥੀ ਉਹਨਾਂ ਦੇ ਹੱਥਾਂ ਦੇ ਵਿੱਚ ਕਿਰਪਾਨਾਂ ਨੇ ਅਤੇ ਹੋਰ ਤੇਜ਼ ਧਾਰ ਹਥਿਆਰ ਨੇ ਜਿਨ੍ਹਾਂ ਦੇ ਵੱਲੋਂ ਗੱਡੀ ਘੇਰ ਕੇ ਉਸ ਤੋਂ ਗੱਡੀ ਖੋਹੀ ਜਾਂਦੀ ਆ ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਆ ਪਰ ਇਸ ਘਟਨਾ ਦੀ ਸੀਸੀਟੀਵੀ ਜਿਹੜੀ ਗੱਡੀ ਦੇ ਵਿੱਚ ਕੈਮਰਾ ਲੱਗਿਆ ਹੋਇਆ ਸੀ ਉਹ ਵਾਇਰਲ ਹੋ ਰਹੀ ਆ ਪੂਰੀ ਜਿਹੜੀ ਘਟਨਾ ਉਸ ਕੈਮਰੇ ਦੇ ਵਿੱਚ ਕੈਦ ਹੋਈ ਆ ਅਤੇ ਉਹ ਵੀਡੀਓ ਹੁਣ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਅਤੇ ਲੋਕ ਕਹਿ ਰਹੇ ਨੇ ਕਿ ਗੱਡੀ ਲੁੱਟੀ ਗਈ ਆ ਪਰ ਜ਼ਰੂਰ ਉਸ ਸਮੇਂ ਇਹ ਗੱਡੀ ਲੁੱਟੀ ਗਈ ਸੀ ਖੋਹੀ ਗਈ ਸੀ ਦੋ ਧਿਰਾਂ ਦੇ ਵਿਚਕਾਰ ਪੈਸਿਆਂ ਨੂੰ ਲੈਣ ਦੇਣ ਨੂੰ ਲੈ ਕੇ ਵਿਵਾਦ ਸੀ ਪਰ ਉਹ ਜਿਹੜੀ ਵੀਡੀਓ ਆ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਪਹਿਲਾਂ ਤੁਸੀਂ ਉਹ ਤਸਵੀਰਾਂ ਵੀ ਦੇਖੋ ਜੋ ਕੈਮਰੇ ਦੇ ਵਿੱਚ ਕੈਦ ਹੋਈਆਂ ਸੀ ਗੱਡੀ ਘਿਰ ਗਈ ਉਹਨਾਂ ਦੀ ਹਾਂਜੀ ਬੋਲੋ ਬੋਲੋ ना 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 लॉक नहीं लगा वो खोलो खोलो कोई नहीं अंदर कोई नहीं अंदर खोलो खोलो ना ना मामा ठीक है पकड़ मामा इधर खोलो खोलो ओए बाहर 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 बैठिंग ना ये और उधर पीछे पर ना मैं खोलो जीता मैं तक ना गड्डी देनी ना इन्हों मैं फोन देने निकल आए अगर पुलिस आ गई उसे अं तीन गड्डिया गुरु साढ़े को ਸੁਣਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਝ ਲੋਕ ਗੱਡੀ ਨੂੰ ਖੋਹ ਰਹੇ ਨੇ ਸਾਡੇ ਨਾਲ ਇਸ ਖਬਰ ਦੀ ਹੋਰ ਜਾਣਕਾਰੀ ਦੇ ਲਈ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਵਿਵਾਦ ਸਾਰਾ ਹੋਇਆ ਸੀ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਪੱਟੀ ਤੋਂ ਦਰਸ਼ਨ ਸਿੰਘ ਕੀ ਜਾਣਕਾਰੀ ਹੈ ਇਸ ਘਟਨਾ ਦੇ ਨਾਲ ਜੁੜੀ ਹੋਈ ਅਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਅਤੇ ਵੀਡੀਓ ਕਦੋਂ ਦੀ ਹੈ ਬਿਲਕੁਲ ਕੁਲਦੀਪ ਦੱਸ ਦੇਣਾ ਚਾਹਾਂਗਾ ਕਿ ਇੱਕ ਵੀਡੀਓ ਜਿਹੜੀ 7ਵੇਂ ਮਹੀਨੇ ਦੀ ਹੈ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵਾਇਰਲ ਹੋ ਰਹੀ ਹੈ ਇਸਦੇ ਵਿੱਚ ਕਾਰਨ ਇਹ ਸੀ ਕਿ ਸਤਨਾਮ ਸਿੰਘ ਦੇ ਲਵਪ੍ਰੀਤ ਸਿੰਘ ਦਾ ਕੁਝ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਸਤਨਾਮ ਸਿੰਘ ਨੂੰ ਰੋਕ ਕੇ ਉਸਦੀ ਗੱਡੀ ਖੋਈ ਗਈ ਤੇ ਤੇਜ਼ਧਾਰ ਹਥਿਆਰਾਂ ਨਾਲ ਉਸਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਗੱਡੀ ਖੋ ਲੈ ਕੇ ਜਿਹੜੇ ਲਵਪ੍ਰੀਤ ਸਿੰਘ ਦੇ ਉਹਦੇ ਸਾਥੀ ਫਰਾਰ ਹੋ ਜਾਂਦੇ ਤੇ ਗੱਡੀ ਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਾ ਹੋਇਆ ਸੀ ਜਿਸ ਦੇ ਵਿੱਚ ਉਹ ਸਾਰੀ ਘਟਨਾ ਜਿਹੜੀ ਕੈਦ ਹੋ ਗਈ ਸੀ ਘਟਨਾ ਕੈਦ ਹੋਣ ਤੋਂ ਬਾਅਦ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਵਾਇਰਲ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਵੀਡੀਓ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਮਾਮਲਾ ਦਰਜ ਕਰਕੇ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਸੀ ਜੀ ਜੀ ਹੁਣ ਇਹ ਮਸਲਾ ਜਿਹੜਾ ਹੱਲ ਹੋ ਚੁੱਕਿਆ ਹੈ ਜਾਂ ਫਿਰ ਹਜੇ ਵੀ ਵਿਚਾਰ ਅਧੀਨ ਆ ਤੇ ਪੁਲਿਸ ਇਸ ਤੇ ਕਾਰਵਾਈ ਕਰ ਰਹੀ ਹੈ ਬਿਲਕੁਲ ਸਰ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨਾਲ ਗੱਲਬਾਤ ਕੀਤੀ ਗਈ ਤੇ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਦੋਨਾਂ ਧਿਰਾਂ ਦੇ ਵਿੱਚ ਹੱਲੇ ਵੀ ਕੁਝ ਤਲਖੀ ਪਾਈ ਜਾ ਰਹੀ ਹੈ ਤੇ ਫਿਲਹਾਲ ਇਸ ਮਾਮਲੇ ਦੀ ਜਿਹੜੀ ਜਾਂਚ ਚੱਲ ਰਹੀ ਹੈ ਤੇ ਜਿਹੜਾ ਜਲਦੀ ਹੀ ਮਾਮਲਾ ਜਿਹੜਾ ਸੁਲਝਾਇਆ ਜਾਵੇਗਾ ਜੀ ਉਸ ਗੱਡੀ ਨੂੰ ਵੀ ਬਰਾਮਦ ਕਰ ਲਿਆ ਗਿਆ ਜਿਹੜੀ ਖੋਹੀ ਗਈ ਸੀ ਬਿਲਕੁਲ ਸਰ ਫਿਲਹਾਲ ਪੁਲਿਸ ਵੱਲੋਂ ਉਸ ਗੱਡੀ ਨੂੰ ਅਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਸ ਮਾਮਲੇ ਦੀ ਜਿਹੜੀ ਇਹਨਾਂ ਦੇ ਕਿਸ ਲੈਣ ਦੇਣ ਨੂੰ ਲੈ ਕੇ ਜਾਂ ਪੈਸੇ ਦੇ ਲੈਣ ਦੇਣ ਲੈ ਕੇ ਝਗੜਾ ਸੀ ਉਸ ਦੀ ਜਾਂਚ ਜਿਹੜੀ ਪੁਲਿਸ ਕਰ ਰਹੀ ਹੈ ਜੀ ਜੀ ਜਿਹੜੀ ਗੱਲ ਇਸ ਦੇ ਵਿੱਚ ਕਹਿ ਰਹੇ ਨੇ ਜਿਸ ਤਰ੍ਹਾਂ ਗੋਲੀ ਦਾ ਜ਼ਿਕਰ ਹੋ ਰਿਹਾ ਵੀ ਤੁਸੀਂ ਗੋਲੀ ਮਾਰ ਲੈਣੇ ਆਪਾਂ ਬਾਅਦ ਵਿੱਚ ਉਸ ਤੇ ਕਤਲ ਦਾ ਮੁਕੱਦਮਾ ਦਰਜ ਕਰਾਵਾਂਗੇ ਉਸ ਐਂਗਲ ਤੇ ਵੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਿਸ ਤਰ੍ਹਾਂ ਇਹ ਝੂਠਾ ਪਰਚਾ ਦਰਜ ਕਰਾਉਣ ਦੀ ਗੱਲ ਕਹਿ ਰਹੇ ਨੇ ਬਿਲਕੁਲ ਸਰ ਫਿਲਹਾਲ ਪੁਲਿਸ ਵੱਲੋਂ ਇਸ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਸੀ ਆਪਾਂ ਗੋਲੀ ਮਾਰ ਕੇ ਤੇ ਇਸ ਨੌਜਵਾਨ ਦੇ ਖਿਲਾਫ ਜਿਹੜਾ 307 ਦਾ ਮਾਮਲਾ ਦਰਜ ਕਰਵਾਈਏ ਪੁਲਿਸ ਨੇ ਵੀਡੀਓ ਆਧਾਰ ਤੇ ਉਹਦਾ ਮਾਮਲਾ ਦਰਜ ਸੀ ਉਹ ਫਿਲਹਾਲ ਹਲੇ ਤੱਕ ਨਹੀਂ ਕੀਤਾ ਤੇ ਜਿਹੜੀ ਜਾਂਚ ਉਹ ਕੌਣ ਨੌਜਵਾਨ ਸੀ ਜਿਹੜੇ ਗੱਲਾਂ ਕਰ ਰਹੇ ਸੀ ਤੇ ਉਸ ਦੇ ਨਾਲ ਕਿਹੜੇ ਸਾਥੀ ਸੀ
ਜਿਹੜੇ ਇਸ ਮਾਮਲੇ ਦੇ ਵਿੱਚ ਉਸਦੀ ਸਹਾਇਤਾ ਕਰ ਰਹੇ ਸੀ, ਪੁਲਿਸ ਵੱਲੋਂ ਜਾਂਚ ਕਰਕੇ ਉਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ। ਜੀ, ਜਿਸ ਤਰ੍ਹਾਂ ਇਹ ਜਿਹੜੀ ਵੀਡੀਓ ਸੀ, ਪੂਰੀ ਘਟਨਾਕ੍ਰਮ ਦੀ ਵੀਡੀਓ ਉਸ ਵਿਅਕਤੀ ਦੀ ਸੀ ਸਤਨਾਮ ਦੀ, ਦੇ ਕੋਲ ਜਿਹੜੀ ਗੱਡੀ ਸੀ ਉਸਦੇ ਕੈਮਰੇ 'ਚ ਕੈਦ ਹੋਈ ਸੀ, ਤਾਂ ਫਿਰ ਵੀਡੀਓ ਵਾਇਰਲ ਹੁਣ ਹੋਈ ਹੈ ਜਾਂ ਉਸ ਵੱਲੋਂ ਕੀਤੀ ਗਈ, ਪੁਲਿਸ ਨੇ ਇਸ ਐਂਗਲ ਤੋਂ ਵੀ ਕੋਈ ਜਾਂਚ ਕੀਤੀ ਹੈ, ਕਿਸ ਨੇ ਕੀਤੀ ਹੈ ਵਾਇਰਲ? ਫਿਲਹਾਲ ਸਰ ਇਸ ਵੀਡੀਓ ਜਿਹੜੀ ਸੀ ਗੱਡੀ ਦੇ ਵਿੱਚ ਇੱਕ ਡੈਸ਼ਬੋਰਡ ਤੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ, ਤੇ ਸੀਸੀਟੀਵੀ ਕੈਮਰਾ ਸੀ ਜਿਹੜਾ ਉਸਦੇ ਮੋਬਾਈਲ ਦੇ ਨਾਲ ਅਟੈਚ, ਜਦ ਉਸਦੀ ਗੱਡੀ ਨੂੰ ਉਸ ਨੌਜਵਾਨ ਲੈ ਕੇ ਫਰਾਰ ਹੋ ਜਾਂਦੇ ਆ ਤਾਂ ਆਪਣੇ ਮੋਬਾਈਲ ਤੋਂ ਉਸ ਵੀਡੀਓ ਨੂੰ ਜਿਹੜਾ ਨੌਜਵਾਨ ਹੈ ਉਹ ਵਾਇਰਲ ਕਰ ਦਿੰਦਾ ਹੈ ਤੇ ਪੁਲਿਸ ਦੇ ਕੋਲ ਜਾ ਕੇ ਇਹਨਾਂ ਦੇ ਦਰਖਾਸਤ ਦਿੰਦਾ ਹੈ ਤੇ ਪੁਲਿਸ ਉਹ ਵੀਡੀਓ ਨੂੰ ਜਿਹੜੀ ਆ ਲੈ ਕੇ ਤੇ ਮਾਮਲੇ ਦੀ ਜਾਂਚ ਕਰਦੀ ਸੀ ਤੇ ਵੀਡੀਓ ਆਧਾਰ ਤੇ ਉਸ ਨੌਜਵਾਨਾਂ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਸੀ। ਜੀ, ਬਹੁਤ ਬਹੁਤ ਧੰਨਵਾਦ ਜੀ। ਸੁਣਿਆ ਤੁਸੀਂ ਸਾਡੇ ਸਹਿਯੋਗੀ ਜਾਣਕਾਰੀ ਸਾਂਝੀ ਕਰ ਰਹੇ ਸੀ ਅਤੇ ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਹੀ ਕਾਰਵਾਈ ਕਰ ਰਹੀ ਆ। ਜਿਹੜਾ ਇਹ ਮਾਮਲਾ ਹੈ 7ਵੇਂ ਮਹੀਨੇ ਦਾ, ਉਦੋਂ ਦੀ ਵੀਡੀਓ ਵਾਇਰਲ ਹੋਈ ਸੀ, ਗੱਡੀ ਦੇ ਵਿੱਚ ਕੈਮਰਾ ਲੱਗਿਆ ਹੋਇਆ ਸੀ ਜੋ ਕਿ ਮੋਬਾਈਲ ਦੇ ਨਾਲ ਅਟੈਚ ਸੀ, ਅਤੇ ਸਾਰਾ ਘਟਨਾਕ੍ਰਮ ਉਸ ਕੈਮਰੇ ਦੇ ਵਿੱਚ ਕੈਦ ਹੋ ਜਾਂਦਾ ਹੈ। ਤੁਸੀਂ ਕੈਮਰੇ ਦੇ ਵਿੱਚ ਕੈਦ ਹੋਈ ਪੂਰੀ ਵੀਡੀਓ ਜਦੋਂ ਗੱਡੀ ਖੋਹੀ ਗਈ ਸੀ ਦੂਜੀ ਧਿਰ ਦੇ ਵੱਲੋਂ, ਉਹ ਪੂਰੀਆਂ ਤਸਵੀਰਾਂ ਦੇਖੋ। ਨਾ ਗੱਡੀ ਦੇਣੀ ਆ ਤੇ ਨਾ ਇਹਨਾਂ ਦਾ ਮੈਂ ਫੋਨ ਦੇਣੀ। ਨਿਕਲ ਆਏ ਸੀਗਾ ਪੁਲਿਸ ਆ ਗਈ ਉੱਥੇ, ਅਸੀਂ ਤਿੰਨ ਗੱਡੀਆਂ ਗੁਰੂ ਸਾਡੇ ਕੋਲ, ਗੱਡੀ ਖਾਣੇ ਨਾ ਦੇ ਦੀਏ, ਗੱਡੀ ਖਾਣੇ ਬਣਾ ਦੀਏ। ਪਹਿਲਾਂ ਕਿਸੇ ਨਾਲ ਗੱਲ ਕਰਕੇ ਫੇਰ ਕਰੀਏ ਦਾਖਲਾ, ਦਾਖਲ ਕਿਹਨੂੰ ਕਰਾਈਏ, ਗੁਪੀ ਨੂੰ ਜਾਂਦੇ ਆ। ਹਾਂ ਮੇਰੇ ਨਾਲ ਲਵਾਈਏ, ਮੇਰੇ ਗੋਲੀ ਮਾਰਦੇ ਫੇਰਾ, ਮੇਰੇ ਨਾਲ ਲਵਾਈਏ, ਮੇਰੇ ਗੋਲੀ ਮਾਰਦੇ ਫੇਰਾ, ਮੇਰੇ ਨਾਲ ਲਵਾਈਏ, ਮੇਰੇ ਗੋਲੀ ਮਾਰਦੇ ਫੇਰਾ, ਗੋਲੀ ਮਾਰ ਲਈ ਨੇ ਫਿਰ ਆਪਣੇ, ਗੋਲੀ ਮਾਰ ਲਈ ਨੇ ਫਿਰ ਆਪਣੇ, ਗੋਲੀ ਮਾਰਦੇ ਨੇ, ਮੇਰੇ ਮਾਰਦੇ ਆ, ਗੋਲੀ ਮੇਰੇ ਮਾਰਦੇ, ਕੋਈ ਨੀ ਦੱਸ ਤੂੰ ਰਿਵਾਲਵਰ ਲੈ ਕੇ ਜਾ ਗੱਡੀ ਕਹਿ ਬਸ, ਗੋਲੀ ਮਾਰਦੇ ਨੇ ਮੇਰੇ ਮਾਰਦੇ ਆ, ਗੋਲੀ ਮੇਰੇ ਮਾਰਦੇ, ਕੋਈ ਨੀ ਦੱਸ ਤੂੰ ਰਿਵਾਲਵਰ ਲੈ ਕੇ ਜਾ ਗੱਡੀ ਕਹਿ ਬਸ। ਆਹੋ 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 ਠੀਕ ਆ, ਹਾਂ ਠੀਕ ਆ, ਕਿਹਾ ਰਿਵਾਲਵਰ ਲੈ ਕੇ ਗੋਲੀ ਮਾਰਦੇ, ਤੂੰ ਜਾ ਕੇ ਗੱਡੀ ਜਾਓ, ਰਿਵਾਲਵਰ ਚੱਕੀ ਵੱਲ ਲੈ ਕੇ ਆ। ਅਰਜ਼ੀ ਕਿੱਥੇ ਬੁਲਾ ਦੀ, ਅਰਜ਼ੀ ਕਿੱਥੇ ਕਹਿੰਦੀ ਕਿੱਥੇ ਪਤਾ ਨਹੀਂ, ਗੋਲੀ ਨਾ ਮਾਰੀ ਉਹਨਾਂ ਗੁਰਸਾਹਿਬ, ਠਹਿਰੇ ਹੋਇਆ ਤੇ ਗੋਲੀ ਮਾਰ ਲੈਣੇ ਆ, ਗੋਲੀ ਮਾਰ ਲੈਣੇ ਆ। ਚਲੋ ਗੱਡੀ ਘਿਰ ਗਈ ਉਹਨਾਂ ਦੀ, ਹਾਂਜੀ ਬੋਲੋ ਬੋਲੋ।